मेरा नाम चरणजीत सिंह है। चरणजीत क्या हो महसूस हो रहा अज शमशेर टोक्यो ओलंपिक खेलिया तो जीते है? बहुत ही वधिया महसूस हो रहा जी। अं जिमें हुण घरों मैं मैच वेखता वेखता जल्दी बहुत जल्दी इधर आया, बहुत वधिया लग रहा। 41-40 साल बाद साडे इंडिया टीम वापस मुड़ी आ, बहुत ही वधिया। इस ग्राउंड जिथे अं पहला खेड रहे हैं साढ़े तो शमशेर सिंह साडा छोटा भरा वा, हर नाल मिलता जुलता रहिंदा, बहुत ही वधिया उहदी गेम है जी। ਸਾਡੇ ਟਾਰੀ ਦੇ ਹੋਰ ਵੀ ਪਲੇਅਰ ਹੋਏ ਆ, ਪਰ ਸ਼ਮਸ਼ੇਰ ਨੇ ਜੋ ਨਾਮ ਖੱਟਿਆ ਉਹ ਹੋਰ ਕੋਈ ਨਹੀਂ ਟਾਰੀ ਦੇ ਇਲਾਕੇ ਦਾ ਨਹੀਂ ਕੋਈ ਬੰਦਾ ਖੱਟ ਸਕਿਆ। ਬਹੁਤ ਹੀ ਵਧੀਆ ਅੱਜ ਮਹਿਸੂਸ ਹੋ ਰਿਹਾ, ਜਿਵੇਂ ਲਾਸਟ ਪੁਆਇੰਟ 'ਤੇ ਇੱਕ 6 ਸੈਕਿੰਡ ਦੇ ਵਿੱਚ ਜਿਹੜਾ ਇੱਕ ਪਲੰਟੀ ਕਾਰਨਰ ਬਚਿਆ ਉਹਨੇ ਬਹੁਤ ਹੀ ਵਧੀਆ ਮਹਿਸੂਸ ਕੀਤਾ, ਨਹੀਂ ਤਾਂ ਪਲੰਟੀਆਂ ਦੀ ਗੱਲ ਚੱਲ ਜਾਣੀ ਸੀ। ਬਹੁਤ ਹੀ ਵਧੀਆ ਲੱਗਿਆ ਜੀ। ਹਾਂਜੀ ਸਰ, ਤੁਹਾਡਾ ਨਾਮ? ਮੇਰਾ ਜੀ ਸਰਵਦੀਪ ਸਿੰਘ ਹੈ ਜੀ। ਸਾਨੂੰ ਕਿਹੋ ਜਿਹਾ ਮਹਿਸੂਸ ਹੋ ਰਿਹਾ? ਬਹੁਤ ਜੀ ਖੁਸ਼ੀ ਦੀ ਗੱਲ ਹੋ ਰਹੀ ਹੈ ਵੀ ਸਾਡਾ ਸਾਥੀ ਸ਼ਮਸ਼ੇਰ ਸਿੰਘ ਜਿਹੜਾ ਹੈ ਅੱਜ ਭਾਰਤ ਦੇ ਵਿੱਚ ਇਤਿਹਾਸ ਦਰਜ ਕਰ ਦਿੱਤਾ, ਇਹਨਾਂ ਨੇ ਓਲੰਪਿਕ ਜਿੱਤ ਕੇ। ਬਹੁਤ ਖੁਸ਼ੀ ਦੀ ਗੱਲ ਹੈ, ਬੜਾ ਮਾਣ ਮਹਿਸੂਸ ਹੋ ਰਿਹਾ ਹੈ ਉਸ ਵੀਰ ਦੇ ਉੱਤੇ। ਇਹਨੇ ਚਾਵਾਂ ਦਾ 50 ਸਾਲ ਬਾਅਦ ਲਗਭਗ ਪਹਿਲੀ ਵਾਰ ਜਿਹੜਾ ਭਾਰਤ ਜਿਹੜਾ ਕਾਂਸੇ ਦੇ ਤਮਗੇ ਜਿੱਤਿਆ। ਚਲੋ ਅਸੀਂ ਵੈਸੇ ਦਾਅਵੇਦਾਰ ਤਾਂ ਗੋਲਡ ਦੇ ਵੀ ਸੀ, ਪਰ ਕੋਈ ਨਾ, ਮੁੰਡੇ ਸਾਡੇ ਬਹੁਤ ਵਧੀਆ ਖੇਡੇ ਆ, ਪਰ ਅੱਜ ਉਹਨਾਂ ਨੇ ਇਤਿਹਾਸ ਸਿਰਜ ਦਿੱਤਾ। ਬਹੁਤ ਖੁਸ਼ੀ ਦੀ ਗੱਲ ਹੈ, ਬਹੁਤ ਮਾਣ ਮਹਿਸੂਸ ਹੋ ਰਿਹਾ ਜੀ ਸਾਨੂੰ। ਹਾਂਜੀ ਹਾਂਜੀ ਸਰ, ਬਾਅਦ ਜਿੱਤ ਗਿਆ। ਦੇਖੋ ਪਲੰਟੀ ਸਟੋਕ ਮਿਲ ਗਿਆ ਜੀ, ਹੁਣੇ ਲਾਸਟ 3-4 ਦੀ ਵੱਢ ਹੋ ਜਾਏਗੀ ਹੁਣੇ, ਬਸ ਦੇਖੋ ਹੁਣ ਕੀ ਬਣਦਾ ਜੀ। ਬਾਕੀ ਉਮੀਦ ਤਾਂ ਪੂਰੀ ਹੈ ਵੀ ਜਿੱਤੇਗੀ ਇੰਡੀਆ। ਬਹੁਤ ਜ਼ਿਆਦਾ ਪਤਵਾ ਮੈਚ ਹੋ ਰਿਹਾ, ਮੈਚ ਬੜਾ ਇੰਟਰਸਟਿੰਗ ਹੋ ਰਿਹਾ ਅਤੇ ਬਹੁਤ ਫਾਸਟ ਮੈਚ ਹੋ ਰਿਹਾ ਆ, ਬੜਾ ਵਧੀਆ ਮੈਚ ਹੋ ਰਿਹਾ ਆ, 3-3 ਦੀ ਬਰਾਬਰ 'ਤੇ ਚੱਲਣ ਡਿਆ ਆ, ਥਰਡ ਹਾਫ ਸ਼ੁਰੂ ਹੋ ਗਿਆ ਆ, ਅਤੇ ਸਾਨੂੰ ਲੱਗਦਾ ਵੀ ਹੁਣੇ ਜਲਦੀ ਤੋਂ ਜਲਦੀ ਹੋਣੇ ਗੋਲ ਹੋਏਗਾ ਇੰਡੀਆ ਦਾ। ਇੰਡੀਆ 4-3 ਤੋਂ ਅੱਗੇ ਹੋਏਗੀ ਹੁਣੇ, ਥੋੜ੍ਹੀ ਦੇਰ ਤੱਕ ਹੀ ਵੇਖਿਓ ਤੁਸੀਂ ਗੋਲ ਹੋਏਗਾ। ਮਾਰਤਾ ਤੱਕਾ ਦੇ ਹਾਂਜੀ, ਬਿਲਕੁਲ ਜੀ ਬਿਲਕੁਲ।